होशियारपुर के वार्ड नंबर 20 अधीन आउंदा मोहल्ला आदर्श नगर जो कि आज़ादी के 76 वर्यां बाद भी मुढ़लियां सहूलतावां तों वांझा दिखाई दे रहा है। तो अज भी मोहल्ले के लोग इंज जापते ने जिवें कि वह किसी मोहल्ले च नहीं बल्कि बहुत ज़्यादा पछड़े एरिए च रह रहे होण। पिछले कुछ दिनों तो मोहल्ले के लोग पीण वाले पानी की किल्लत नूं लैके अवेसले दिखाई दे रहे हैं ते पानी की समस्या कारण लोगों च सरकार अते प्रशासन प्रति भारी रोस पाया जा रहा है। मीडिया नाल गलबात दौरान मोहल्ला वासियों ने दस्सिया कि उन्होंने मोहल्ले पिछले काफ़ी लंबे समय तो पानी की दिक्कत सी ते हुण जदों सरकार वालों इत्थे लखां रुपए खर्च करके ट्यूबवैल लगाया गया तो वह भी गंदा अते कैमिकल वाला पानी दिंदा है जिस कारण मोहल्ले बीमारियां भी फैल रही ने। उन्होंने कहा कि अपनी इस समस्या को लैके वह कई बार सरकारी दरबारे भी पहुँच कर चुके हैं परंतु उन्होंने समस्या का किधरे भी हल नहीं होया। दूजे पास इस मामले को लैके जदों मोहल्ले के कौंसलर जसवंत राय नाल गलबात की गई तो उन्होंने कहा कि मोहल्ले 750 फुट के ट्यूबवैल लगाया गया है तो पानी के सैंपल की जाँच भी करवाई गई है तो कुछ कमी पाई जा रही है जो कि जल्द ही दूर कर दी जाएगी। उन्होंने कहा कि पंजाब सरकार की लैबोरेटरी वाली बस पिंड च बुलाई जाएगी तो लोगों सामने ही पानी का टेस्ट किया जाएगा। होशियारपुर न्यूज के नाल चेतन कश्यप की रिपोर्ट। दर्श कलोनी ठीक है नंबर वार्ड 20 नंबर वार्ड जी ठीक है। आंटी जी की दिक्कत आ रही है जी? खाली बाल्टियां लेके ਤੁਸੀਂ ਇਕੱਠੇ ਹੋ ਆ? ਪਾਣੀ ਦੀ ਬਹੁਤ ਦਿੱਕਤ ਹੈਗੀ। 4-5 ਦਿਨ ਤੋਂ ਟੈਂਕਰ ਨਹੀਂ ਆਇਆ ਇੱਥੇ। ਸ਼ੁੱਕਰਵਾਰ ਦਾ ਆਇਆ ਫੇ ਉੱਥੇ ਨਾਲ ਅਸੀਂ ਲੈਣ ਤਾਂ ਆ ਮੋਟਰ ਲਾਈ ਹੈਗੀ ਤਾਂ ਇਹਦਾ ਪਾਣੀ ਨਹੀਂ ਪੀਣ ਵਾਲਾ ਹੈਗਾ ਤਾਂ ਉਹ ਕਹਿੰਦੇ ਇਹ ਵੀ ਪੀਓ ਤਾਂ ਇਹ ਹਨਾ ਇਹਨਾਂ ਘਣਾ ਗੰਦਾ ਪਾਣੀ ਆਂਦਾ ਹੈਗਾ ਆ। ਮੋਟਰ ਕਦੋਂ ਲਾਈ ਸੀਗੀ? ਮੋਟਰ ਲੱਗੀ ਨੂੰ ਹੋ ਗਿਆ 2 ਮਹੀਨੇ ਹੋ ਗਏ ਆ ਉਹਦਾ। ਗੰਦਾ ਪਾਣੀ ਆਂਦਾ ਇੱਥੇ ਵੀ? ਪਾਣੀ ਸਾਫ ਨਹੀਂ ਜਗਾ ਲਿਆ ਪਾਣੀ ਆਉਂਦਾ ਬਹੁਤ ਬਾਲਟੀਆਂ ਖਰਾਬ ਹੁੰਦੀਆਂ ਪਾਣੀ ਪੀਣ ਵਾਲਾ ਹੈ ਨਹੀਂ ਹਜੇ ਇਹ। पानी बथेरी औखा आई कि कितों लियाई फिर कितों कितों नहीं आई टैंकर आता गुजरों की मोटर लगी कि उतो लियाई आ हूँ जो सारे लोग उन्होंने थोड़ी भर देंगे आ जिन्हें बनता हैगी किसी भरन दे देंगे एक अद्धे बंद सारे नहीं भर देंगे है एक होर तो किसी ने मोटर लगी हैगी उन्होंने कुछ भर लेंगे तो इदे चलता काम फिर जो नहीं टैंकर आता। मेरा नाम सुरिंदर कौर है। ठीक है जी की दिक्कत है पिंड दे विच? एक तो सानू एहो आ जी आ साडे बोर करके गए आ ਉਹ ਲਾ ਕੇ ਗਏ ਆਪਾਂ ਮੋਟਰ ਕੀ ਦਾਦਣੇ ਨੂੰ ਕਹਿੰਦੇ ਆ ਟੂਬਵੈਲ ਇਹਦਾ ਪਾਣੀ ਪੀਣ ਯੋਗ ਬਿਲਕੁਲ ਨਹੀਂ ਹੈਗਾ ਨਾ ਅਸੀਂ ਪੀ ਸਕਦੇ ਹਾਂ ਇਹ ਸਾਡਾ ਕਹਿਣਾ ਕਰ ਗਏ ਆ ਤਾਂ ਪਾਣੀ ਬਿਲਕੁਲ ਨਹੀਂ ਪੀਣ ਵਾਲਾ। ਕੀ ਖਰਾਬੀ ਆ ਰਹੀ ਮਾਤਾ ਜੀ? ਇਹਦੇ ਵਿੱਚ ਖਰਾਬੀ ਹੈ ਜੀ ਕੈਮੀਕਲ ਜ਼ਿਆਦਾ ਆਉਂਦਾ ਆ ਪਾਣੀ ਪੀਣਾ ਪੀੜਾ ਫਿਰਦਾ ਆ ਹੈਂ ਅਸੀਂ ਇਹ ਪਾਣੀ ਪੀਂਦੇ ਆ ਪੀਂਦੇ ਆ ਜੇ ਸਾਡੀ ਕੁਛ ਹੋ ਜਾਵੇ ਅਸੀਂ ਮਰ ਜਾਈਏ ਸਾਡਾ ਕੌਣ ਜ਼ਿੰਮੇਵਾਰ ਆ ਸਾਡੀ ਇਹ ਸਮੱਸਿਆ ਜਿਹੜੀ ਹੱਲ ਨਹੀਂ ਕੀਤੀ ਉਹਨਾਂ ਨੇ ਹੁਣ ਦੇਖੋ ਜਿਹਨਾਂ ਦੇ ਗਿੱਟੇ ਗੋਡੇ ਰਹਿ ਗਏ ਆ ਉਹ ਕਿੱਦਾਂ ਅੱਛਾ ਟੈਂਕਰ ਤੀਏ ਚੌਥੇ ਦਿਨ ਆਉਂਦਾ ਆ ਉੱਥੋਂ ਪਾਣੀ ਮੈਂ ਕਿੱਦਾਂ ਲੈਣ ਜਾਵਾਂ ਮੇਰੇ ਤਾਂ ਨੂੰਹਾਂ ਪੁੱਤ ਵੀ ਨਹੀਂ ਆਖੇ ਲੱਗਦੇ ਹੈ। ਜਦੋਂ ਐਮਸੀ ਨੂੰ ਦੱਸਦੇ ਹੋ ਤਾਂ ਐਮਸੀ ਕੀ ਕਹਿੰਦਾ? ਐਮਸੀ ਬੋਲਦਾ ਹੀ ਨਹੀਂ ਕਹਿੰਦਾ ਮੈਂ ਬੋਰ ਕਰਾ ਦਿੱਤਾ ਹੁਣ ਪਾਣੀ ਪੀਓ ਇਹੋ ਪਾਣੀ ਪੀਣਾ ਪੈਣਾ ਆ ਤਾਂ ਇਹੋ ਪੀਓ ਦੇਖੋ ਅਸੀਂ ਬੰਦੇ ਨਹੀਂ ਅਸੀਂ ਇਨਸਾਨ ਨਹੀਂ ਹੈਗੇ ਜਿਹੜਾ ਸਾਨੂੰ ਇਦਾਂ ਦਾ ਪਾਣੀ ਪਿਲਾਉਂਦੇ ਆ ਵਿੱਚ 2 ਟਰਾਲੀਆਂ ਗੋਹੇ ਦੀਆਂ ਪਾ ਕੇ ਗਏ ਆ ਉਹ ਮੈਨੂੰ ਤਾਂ ਕੋਈ ਸਮਝ ਨਹੀਂ ਲੱਗਦੀ ਨਾ ਅਸੀਂ ਸੁਣਿਆ ਹੀ ਅੱਜ ਤੱਕ ਗੋਹਾ ਪਾਉਂਦਾ ਅਤੇ ਇਹਦੇ ਵਿੱਚ ਗੋਹਾ ਪਾ ਗਏ ਉਹ ਟਰਾਲੀਆਂ ਲਿਆ ਕੇ ਸਾਡੇ ਸਾਹਮਣ ਦੀ ਗੱਲ ਆ ਮੈਂ ਇੱਥੇ ਸੀਗੀ ਤਾਂ ਗੋਹਾ ਜਦ ਪਾਉਂਦੀ। ਮਹਿੰਦਰ ਕੌਰ ਕਿਹੜਾ ਮਹੱਲਾ ਇਹ? ਆਦਰਸ਼ ਨਗਰ ਕਲੋਨੀ ਪਿੱਪਲਾਂ ਵਾਲਾ। ਠੀਕ ਆ ਜੀ ਕੀ ਦਿੱਕਤ ਆ ਰਹੀ ਹੈ? ਕਹਿੰਦੇ ਪਾਣੀ ਵੀ ਗੰਦਾ ਆਉਂਦਾ ਟਿਊਬਲ ਲੱਗੇ ਨੂੰ ਵੀ ਥੋੜ੍ਹਾ ਸਮਾਂ ਹੀ ਹੋਇਆ ਜੀ। ਹਾਂਜੀ ਪਾਣੀ ਦੀ ਤਾਂ ਦਿੱਕਤ ਬਹੁਤ ਆ ਹੁਣ ਪਾਣੀ ਨਹੀਂ ਆਉਂਦਾ ਜੇ ਟੈਂਕਰ ਵੀ ਲਾਇਆ ਵੀ ਸੀ ਐਮਸੀ ਨਾਲ ਕਦੇ 3 ਦਿਨ ਆਉਂਦਾ ਸੀ ਕਦੇ 4 ਦਿਨ ਆਉਂਦਾ ਸੀਗਾ ਹੁਣ ਤਾਂ ਹਫ਼ਤਾ ਹੀ ਹੋ ਗਿਆ। ਐਮਸੀ ਨਾਲ ਜਦੋਂ ਗੱਲਬਾਤ ਕਰਦੇ ਆ ਫਿਰ ਕੀ ਕਹਿੰਦਾ ਐਮਸੀ? ਐਮਸੀ ਤਾਂ ਸਾਡੇ ਨਾਲ ਤਾਂ ਕੋਈ ਗੱਲਬਾਤ ਨਹੀਂ ਕਰਦੇ ਮੁੰਡੇ ਕਰਦੇ ਆ ਉਹਨਾਂ ਨੂੰ ਕਹਿੰਦੇ ਟੈਂਕਰ ਭੇਜ ਦੇਵਾਂਗੇ ਬਸ। ਅੱਛਾ ਅੱਛਾ ਹਾਂਜੀ ਤੇ ਇੱਥੇ ਮਹੱਲੇ 'ਚ ਮੋਟਰ ਲੱਗੀ ਜੇ ਅਸੀਂ ਉਹਨਾਂ ਦੇ ਜਾਂਦੇ ਹਾਂ ਪਾਣੀ ਭਰਨ ਵੀ ਫਿਰ ਨਹੀਂ ਟੈਂਕਰ ਆਇਆ ਉਹ ਕਹਿੰਦੇ ਆ ਵੀ ਅਸੀਂ ਤਾਂ ਘਰ ਵਾਸਤੇ ਮੋਟਰ ਆ ਵੀ ਇੱਦਾਂ ਵੀ ਤਾਰਾਂ ਖਰਾਬ ਹੁੰਦੀਆਂ ਸਾਡੀਆਂ ਵੀ ਸਾਰੇ ਮਹੱਲੇ ਨੂੰ ਪਾਣੀ ਨਹੀਂ ਪੜਾ ਸਕਦੇ। ਮੈਂ ਲਾਵਾਂ ਉਹ ਗ੍ਰਹਿਣੀ ਆ ਉਹ ਕਰ ਰਿਹਾ ਕਿ ਹਰ ਕੰਮ ਜਿਹੜਾ ਪਾਣੀ ਦੇ ਨਾਲ ਹੁੰਦਾ ਫਿਰ ਕਿੱਦਾਂ ਕੰਮ ਕਰਦੇ? ਫਿਰ ਔਖਾ ਆ ਕੀ ਕਰੇ 2-4 ਦਿਨ ਦੇਖੀਦਾ ਟੈਂਕਰ ਨਹੀਂ ਆਉਂਦਾ ਹੈਗਾ ਫਿਰ ਜਾ ਕੇ ਗੁੱਜਰਾਂ ਦੇ ਲੈ ਕੇ ਆਈਦਾ ਰਾਤੀ 7 ਵਜੇ ਗੁੱਜਰਾਂ ਦੇ ਰੇੜੀ 'ਚ ਪਾਣੀ ਲੈਣ ਜਾਂਦਾ। ਮੰਤਰੀ ਆਇਆ ਕਿ ਇਸ ਮਹੱਲੇ 'ਚ? ਕੋਈ ਨਹੀਂ ਆਇਆ ਇੱਥੇ।
ਵੋਟਾਂ ਵੇਲੇ ਤਾਂ ਆਉਂਦੇ ਆ, ਵੋਟਾਂ ਦਾ ਜਿੰਪਾ ਵੀ ਆਇਆ, ਵੋਟਾਂ ਤੋਂ ਬਾਅਦ ਕੋਈ ਨਹੀਂ ਆਇਆ, ਵੋਟਾਂ ਤੋਂ ਬਾਅਦ ਜਿੰਪਾ ਵੜਿਆ ਹੀ ਨਹੀਂ ਇੱਥੇ, ਅੱਜ ਜਦੋਂ ਆਹ ਆਧਾਰ ਕਾਰਡ ਕੀਤਾ ਇਹਨਾਂ ਦਾ ਉਦੋਂ ਆਇਆ ਜਦੋਂ ਬੋਰ ਸ਼ੁਰੂ ਕੀਤਾ ਸੀ, ਮੁੜ ਕੇ ਨਹੀਂ ਆਇਆ। ਤੁਹਾਨੂੰ ਤੁਸੀਂ ਕਦੀ ਮਿਲੇ ਜੀ ਪਿੰਡ ਵਾਲੇ ਜਿੰਪੇ ਨੂੰ ਕਿ? ਨਹੀਂ ਅਸੀਂ ਨਹੀਂ ਮਿਲੇ ਹੈਗੇ, ਮੁੰਡੇ ਜ਼ਰੂਰ ਜਾਂਦੇ ਹੋਗੇ ਜਿਹੜੀ ਨੌ ਆਹ ਨੌਜਵਾਨ ਸਭਾ ਬਣੀ ਆ, ਇਹ ਜਾਂਦੇ ਆ, ਸਾਨੂੰ ਨਹੀਂ ਉਹਨਾਂ ਦਾ ਪਤਾ ਹੈਗਾ ਵੀ ਕੀ ਗੱਲ ਕਰਕੇ ਆਉਂਦੇ ਕੀ ਨਹੀਂ ਕਰਕੇ। ਪ੍ਰਸ਼ਾਂਤ ਸਿੰਘ ਪ੍ਰਸ਼ਾਂਤ ਜੀ, ਕੀ ਦਿੱਕਤ ਆ ਰਹੀ ਆ? ਮੈਂ ਟਿਊਬਵੈਲ ਵੀ ਨਵਾਂ ਲੱਗਾ, ਕਹਿੰਦੇ 32 ਲੱਖ ਰੁਪਏ ਦਾ ਟਿਊਬਵੈਲ ਵੀ ਲਾਇਆ, ਪਾਣੀ ਫਿਰ ਗੰਦਾ ਆ ਰਿਹਾ ਕੈਮੀਕਲ ਵਾਲਾ। ਭਾਜੀ ਪਾਣੀ ਦੀ ਇੰਨੀ ਸਮੱਸਿਆ ਹੈ ਨਾ ਸਾਡੀ ਕਿ ਸਾਡੇ ਇੱਥੇ ਪਾਣੀ ਦੇ ਨਾਲ ਮੌਤਾਂ ਵੀ ਹੋ ਰਹੀਆਂ ਆ, ਠੀਕ ਆ ਭਾਜੀ, ਸਾਡੇ ਇੱਥੇ ਪਾਣੀ ਨਾਲ ਮੌਤਾਂ ਵੀ ਹੋ ਰਹੀਆਂ, ਲੋਕ ਬੱਚਿਆਂ ਦੇ ਆ ਜਿਹੜੇ ਬੱਚੇ ਆ ਉਹਨਾਂ ਦੇ ਦੰਦ ਖਰਾਬ ਹੋ ਰਹੇ ਆ, ਕੋਈ ਨਵੀਆਂ ਨਵੀਆਂ ਬਿਮਾਰੀਆਂ ਲੱਗ ਰਹੀਆਂ ਆ, ਠੀਕ ਆ ਭਾਜੀ। ਇੱਥੇ ਇਹਨਾਂ ਨੇ ਬੋਰ ਕੀਤਾ ਸੀਗਾ, ਐਮ ਸੀ ਉਹਨਾਂ ਨੇ ਜਿਹੜੇ ਸਾਡੇ ਇੱਥੇ ਐਮ ਸੀ ਆ ਉਹਨਾਂ ਨੇ ਬੋਰ ਕੀਤਾ ਸੀਗਾ, 32-33 ਲੱਖ ਰੁਪਈਆ ਲਿਆ ਉਹਨਾਂ ਨੇ। ਇਹ ਪਾਣੀ ਫਿਰ ਨਹੀਂ ਸਾਫ਼ ਹੈਗਾ ਭਾਜੀ, ਸਾਡੇ ਕਲੋਨੀ ਦੇ ਵਿੱਚ ਆਦਰਸ਼ ਨਗਰ ਕਲੋਨੀ ਆ ਸਾਡੀ, ਸਾਡੇ ਪਾਣੀ ਦੇ ਵਿੱਚ ਇੱਥੇ ਸਾਡੇ ਬਹੁਤ ਗੰਦ ਆ ਰਿਹਾ ਆ, ਲੋਹਾ ਆ ਰਿਹਾ ਆ, ਪੀਲਾ ਹੋਈ ਜਾਂਦਾ ਪਾਣੀ ਸਾਰਾ। ਬਾਲਟੀਆਂ ਵੀ ਦਿਖਾਈਆਂ, ਬਾਲਟੀਆਂ ਵੀ ਪੀਲੀਆਂ ਹੋ ਗਈਆਂ, ਬਾਲਟੀਆਂ ਭਾਜੀ ਬਾਲਟੀਆਂ ਇੰਨੀਆਂ ਪੀਲੀਆਂ ਹੋਈਆਂ ਨਾ ਭਾਜੀ, ਬਾਲਟੀ ਚੱਕ ਕੇ ਦਿਖਾ ਭਾਜੀ, ਬਾਲਟੀ ਆਹ ਦੇਖੋ ਭਾਜੀ, ਆ ਬਾਲਟੀਆਂ ਸਾਡੀਆਂ ਦੇਖੋ ਪੀਲੀਆਂ ਹੋਈਆਂ ਪਈਆਂ ਆ, ਸਾਡੇ ਪਾਣੀ ਦਾ ਬਹੁਤ ਇੱਥੇ ਔਖਾ ਆ ਭਾਜੀ, ਸਾਡੇ ਮੌਤਾਂ ਹੋ ਰਹੀਆਂ ਆ, ਇੱਥੇ ਬਹੁਤ ਜ਼ਿਆਦਾ ਬਿਮਾਰੀਆਂ ਬਹੁਤ ਜ਼ਿਆਦਾ ਫੈਲਦੀਆਂ ਆ। ਮੈਂ ਇਹੀ ਸਰਕਾਰ ਨੂੰ ਕਹਿਣਾ ਚਾਹੁੰਦਾ, ਸਾਡੀ ਇਹੀ ਬੇਨਤੀ ਆ ਕਿ ਸਾਡੇ ਪਿੰਡ ਦਾ ਜਿਹੜਾ ਆ ਪਾਣੀ ਸਾਫ਼ ਕੀਤਾ ਜਾਵੇ, ਜੇ ਉਹਨਾਂ ਨੇ 32-33 ਲੱਖ ਰੁਪਈਆ ਜੇ ਲਿਆ ਆ ਤਾਂ ਇਹਦਾ ਪਾਣੀ ਇਹਨੂੰ ਸਾਫ਼ ਕੇ ਕਰਕੇ ਦਿੱਤਾ ਜਾਵੇ, ਠੀਕ ਆ ਭਾਜੀ, ਸਾਡੇ ਜਿਹੜਾ ਪਿੰਡ ਦਾ ਨਿਕਾਸ ਹੋ ਸਕੇ। ਕਿਆ ਨਾਮ ਹੈ ਤੁਹਾਡਾ? ਸਤਪਾਲ ਜੀ। ਸਤਪਾਲ ਜੀ, ਇਹ ਮੁਹੱਲਾ ਤੁਹਾਡਾ ਆਦਰਸ਼ ਨਗਰ ਆ, ਬਹੁਤ ਮਾੜੇ ਹਾਲਾਤ ਆ ਮੁਹੱਲੇ? ਬਹੁਤ ਜੀ, ਬਹੁਤ ਜ਼ਿਆਦਾ, ਬਹੁਤ ਜ਼ਿਆਦਾ ਮਾੜੇ ਹਾਲਾਤ ਆ ਜੀ। ਇਹਦਾ ਪਾਣੀ ਪੰਜਾਬ ਬਿਲਕੁਲ ਆ ਰਿਹਾ ਜੀ, 32-33 ਲੱਖ ਰੁਪਈਆ ਆਇਆ, ਬਹੁਤ ਖਰਾਬ ਆ ਪਿਆ, ਭਾਂਡੇ ਹੋ ਰਹੇ, ਪਾਣੀ ਬਿਲਕੁਲ ਪਾਣੀ ਪੀਣ ਵਾਲਾ ਜੀ, ਅਸੀਂ ਕਦੀ ਕਿਹੜਾ ਪਾਣੀ ਕਦੇ ਕਿਹੜਾ ਪਾਣੀ ਲਈਦਾ ਆ, ਪਾਣੀ ਦੀ ਬਾਰੇ ਬਹੁਤ ਪਰੇਸ਼ਾਨੀ ਆ। ਚੋਣਾਂ ਤੋਂ ਪਹਿਲਾਂ ਆਉਂਦਾ ਜੀ, ਬਾਅਦ ਜਦੋਂ ਵੋਟਾਂ ਲੈ ਲੈਂਦੇ ਫਿਰ ਕਿਉਂ ਆਉਂਦਾ, ਕੋਈ ਨਹੀਂ ਆਉਂਦਾ। ਕਹਿੰਦੇ ਬਿਮਾਰੀਆਂ ਵੀ ਫੈਲਦੀਆਂ, ਬਿਮਾਰੀਆਂ ਬਹੁਤ ਜੀ, ਬਹੁਤ ਬਿਮਾਰੀਆਂ ਫੈਲਦੀਆਂ ਆ, ਪਤਾ ਕਿੰਨੇ ਕੁ ਨਿਆਣੇ ਆ ਸਾਰੇ ਬਿਮਾਰ ਹੁੰਦੇ ਆ। ਬਸੋ ਕਿੰਨੀ ਕੁ ਪਿੰਡ ਦੀ? ਬਸੋ 70-75 ਘਰ ਆ ਜੀ, ਹਾਂਜੀ, 4-5 ਸਾਲ ਵੋਟ ਹੈਗੀ ਇੱਥੇ ਦੀ। ਠੀਕ, ਵੋਟਾਂ ਤੋਂ ਪਹਿਲਾਂ ਸਾਰੇ ਆਉਂਦੇ ਆ? ਵੋਟਾਂ ਪਹਿਲਾਂ ਸਾਰੇ, ਬਾਅਦ 'ਚ ਕੋਈ ਨਹੀਂ ਆਉਂਦਾ ਜੀ। ਜਦੋਂ ਪਾਣੀ ਗੰਦਾ ਆਉਂਦਾ ਤਾਂ MC ਨੂੰ ਦੱਸਿਆ ਇਹ? MC ਦੱਸਿਆ ਕਈ ਵਾਰੀ ਆ, MC ਕੋਲ ਬਸ ਕਹਿੰਦੇ ਪਾਣੀ ਲਾਉਣ ਬੋਰ ਕਰਦਾ, ਉਹ ਪਾਣੀ ਪੀਓ ਕਹਿੰਦੇ ਆ, ਇਹ ਪਾਣੀ ਪੀਣ ਵਾਲਾ ਹੈ ਨਹੀਂ ਸਾਡੇ, ਬਿਲਕੁਲ ਨਹੀਂ ਪਾਣੀ ਪੀਣ। MC ਸਾਹਿਬ, ਕਿ ਤੁਹਾਡੇ ਵਾਰਡ ਦੇ ਵਿੱਚ ਮੁਹੱਲਾ ਆਦਰਸ਼ ਨਗਰ ਆਉਂਦਾ ਹੈ, ਜਿੱਥੇ ਕਿ ਲੋਕ ਅਜੇ ਇਕੱਠੇ ਹੋਏ ਆ 40-50 ਬੰਦੇ, ਤਾਂ ਪਾਣੀ ਦੀ ਦਿੱਕਤ ਨੂੰ ਲੈ ਕੇ ਕਿ ਪਾਣੀ ਠੀਕ ਸਾਫ਼ ਨਹੀਂ ਆ ਰਿਹਾ ਅਤੇ ਕਈ ਕਈ ਦਿਨ ਤੱਕ ਪਾਣੀ ਨਹੀਂ ਆਉਂਦਾ ਜੀ, ਕੀ ਪੂਰਾ ਮਾਮਲਾ? ਪਹਿਲਾਂ ਤਾਂ ਚੇਤਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਇਸ ਮਸਲੇ ਲੈ ਕੇ ਸਾਡੇ ਕੋਲ ਪਹੁੰਚੀ ਆ। ਠੀਕ ਹੈ, ਆਪਾਂ ਮੈਂ ਵੀ ਪਾਣੀ ਪੀ ਕੇ ਦੇਖਿਆ, ਉਹ ਸਾਡੇ ਅਫਸਰਾਂ ਨੇ ਵੀ ਪੀ ਕੇ ਦੇਖਿਆ, ਥੋੜ੍ਹੀ ਉਹਦੇ ਵਿੱਚ ਹੈਗੀ ਆ ਕੋਈ ਮਾੜੀ ਮੋਟੀ ਕੋਈ ਪਾਣੀ ਪੀਲਾ ਜਿਹਾ ਹੁੰਦਾ ਆ ਜਾਂ ਸਮੈਲ ਆਉਂਦੀ ਆ। ਅਸੀਂ 3-4 ਬੋਟਾਂ ਜਿਹੜੀਆਂ ਟੈਸਟ ਕਰਾ ਲਿਆ ਇਹਨਾਂ ਨੂੰ, ਇਹ ਸਾਡੇ ਸੀਵਰ ਬੋਰਡ ਵਾਲਾ ਜਿਹਨਾਂ ਟਿਊਬਵੈਲ ਆਇਆ, ਬਾਂਸਲ ਸਾਹਿਬ ਨੇ ਵੀ ਟੈਸਟ ਕਰਵਾਇਆ, ਰਿਪੋਰਟਾਂ ਆ ਗਈਆਂ, ਸਾਡੇ ਕਾਰਪੋਰੇਸ਼ਨ ਦੇ ਮਨਰਾਜ ਨੇ ਵੀ ਟੈਸਟ ਕਰਾਇਆ, ਉਹ ਵੀ ਰਿਪੋਰਟਾਂ ਸਹੀ ਆ, ਇਹ ਕਿਹਨਾਂ ਨੇ ਕੋਈ ਕਿਤੋਂ ਰਿਪੋਰਟ ਆਪਣੀ ਟੈਸਟ ਕਰਾਇਆ, ਉੱਥੋਂ ਅਸੀਂ ਵੀ ਕਰਾਇਆ ਫਿਰ ਦੁਬਾਰਾ, ਇਹ ਕਹਿੰਦੇ ਸਾਡੇ ਰਿਪੋਰਟ ਗਲਤ ਆਈ ਆ, ਸਾਡੇ ਕੋਲ ਰਿਪੋਰਟ ਉਸੇ ਲੈਬੋਰਟਰੀ ਸਾਡੇ ਕੋਲ ਠੀਕ ਆ। ਠੀਕ ਆ ਜੀ, ਅਸੀਂ ਇਹਨਾਂ ਨੂੰ ਫਿਰ ਇਹੀ ਕਹਿੰਦੇ ਹਾਂ ਵੀ ਅਸੀਂ ਹਾਲੇ ਦਾ ਉਦਘਾਟਨ ਨਹੀਂ ਕਰਨਾ, ਅਸੀਂ ਇਹ ਮਹਿਕਮਾ ਸਾਡੇ ਮੰਤਰੀ ਸਾਹਿਬ ਕੋਲ ਆ, ਜਿੰਪਾ ਸਾਹਿਬ ਦੇ ਕੋਲ ਆ, ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ, ਉਹ ਕਹਿੰਦੇ ਵੀ ਅਸੀਂ ਜਿਹੜੀ ਹੈਗੀ ਪੰਜਾਬ ਗੌਰਮੈਂਟ ਦੀ ਵੈਨ ਆ ਨਾ ਇੱਕ ਲੈਬੋਰਟਰੀ ਹੈ, ਅਸੀਂ ਉਹ ਮੰਗਾਉਣੀ ਆ, ਉਹ ਮੰਗਾ ਕੇ ਤਾਂ ਕਲੋਨੀ 'ਚ ਲਿਜਾਵਾਂਗੇ, ਅਸੀਂ ਟੈਸਟ ਕਰਾ ਕੇ ਪਬਲਿਕ ਦੇ ਸਾਹਮਣੇ ਕਰਾਵਾਂਗੇ, ਫਿਰ ਇਹਨਾਂ ਨੂੰ ਆਪਾਂ ਜੋ ਵੀ ਹਾਲਾਤ ਹੋ ਗਏ ਇਹਨਾਂ ਨੂੰ ਦੱਸਾਂਗੇ। ਠੀਕ ਆ ਜੀ, ਅਤੇ ਹੋਰ ਵੀ 3-4 ਦਿਨ ਤੋਂ ਪਾਣੀ ਨਹੀਂ ਆ ਰਿਹਾ, ਟੈਂਕਰ ਤੁਹਾਡੇ ਵੱਲੋਂ ਭੇਜੇ ਜਾ ਰਹੇ ਆ ਜੀ? ਟੈਂਕਰ ਚਲੋ ਇਹਨੇ ਨਹੀਂ, ਹਾਲੇ ਉਹਨਾਂ ਨੇ ਪੀਣਾ, ਕਾਫੀ ਲੋਕ ਤਾਂ ਪਾਣੀ ਪੀਂਦੇ ਆ, ਇੱਧਰ ਹੀ ਗੱਲ ਨਹੀਂ ਕੋਈ ਵੀ, ਇਹ 2-4 ਘਰ ਹੈਗੇ ਵਿੱਚੋਂ ਜਿਹੜੇ ਕਿ ਉਸੇ ਪਾਣੀ ਕਹਿੰਦੇ ਜੀ ਅਸੀਂ ਟੈਂਕਰਾਂ ਦਾ ਪੀਣਾ ਨਹੀਂ ਹੈ, ਤਾਂ ਆਪਾਂ 2-4 ਦਿਨ ਦੇ ਵਿੱਚ ਮੰਤਰੀ ਸਾਹਿਬ ਨੂੰ ਕਹਿ ਕੇ ਲੈਬੋਰਟਰੀ ਬੈਨ ਮੰਗਾ ਲਾਂਗੇ, ਜਿੰਨਾ ਚਿਰ ਨਹੀਂ ਇਹਦੇ ਨੂੰ ਪਾਣੀ ਟੈਂਕਰ ਭੇਜ ਦਾਂਗੇ, ਕੋਈ ਗੱਲ ਨਹੀਂ, ਆਪਾਂ ਇਹਨਾਂ ਦੇ ਨਾਲ ਆ। ਦੇਖੋ ਪਾਣੀ ਇਹ ਜਿਹੜੀ ਕਹਿੰਦੇ ਨਾ ਵੀ ਦੰਦ ਉਂਦ ਖਰਾਬ ਹੁੰਦੇ, ਹਾਲੇ ਤਾਂ ਅਸੀਂ ਚਾਲੂ ਹੀ ਨਹੀਂ ਕੀਤਾ, ਕੁਛ ਲੋਕਾਂ ਨੇ ਪੀਤਾ, ਇਹ 150 ਫੁੱਟ ਦਾ ਪਹਿਲਾਂ ਪਾਣੀ ਪੀਂਦੇ ਰਹੇ, ਹੁਣ 800 ਫੁੱਟ ਡੂੰਘਾ ਆ। ਠੀਕ ਆ ਜੀ, ਉਹਦੇ ਵਿੱਚ ਕੋਈ ਮੁਸ਼ਕਲ ਆਉਂਦੀ ਆ, ਆਪਾਂ ਉਹਦਾ ਹੱਲ ਕਰਦੇ ਹਾਂ ਬੈਠ ਕੇ, ਕੋਈ ਗੱਲ ਨਹੀਂ, ਆਪਾਂ ਕੋਈ ਇੱਦਾਂ ਦੀ ਇਹਨੂੰ ਇਹ ਨਹੀਂ ਕਿਹਾ ਜ਼ਬਰਦਸਤੀ ਤੁਸੀਂ ਪਾਣੀ ਪੀਓ। ਠੀਕ ਆ, ਆਪਾਂ ਇਹਨਾਂ ਨਾਲ ਅਸੀਂ ਵੀ ਪੀਣਾ ਆ, ਅਸੀਂ ਉਹਨਾਂ ਨੂੰ ਵੀ ਪਵਾਉਣਾ ਆ, ਸੀਵਰ ਬੋਰਡ ਵਾਲੇ ਨੂੰ ਬੁਲਾਵਾਂਗੇ, ਮੰਤਰੀ ਸਾਹਿਬ ਨੂੰ ਬੁਲਾਵਾਂਗੇ, ਅਸੀਂ ਉਹ ਲੈਬੋਰਟਰੀ ਜਿਹੜੀ ਬੈਨ ਆ ਸੱਦ ਰਹੇ ਪੰਜਾਬ ਗੌਰਮੈਂਟ। ਠੀਕ ਆ, 2-4 ਦਿਨ 'ਚ। ਵੀ ਆਰ ਅ ਮਲਟੀਕਲਚਰਲ ਨੈਟਵਰਕ ਕਮਿਊਨਿਟੀ, ਵੀ ਗਰੂ ਕੰਪੀਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਦੇਮ।